ਜਿਹੜੇ ਲੋਕ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹਤਾਸ਼ ਨੇ, ਹੈ ਨਾ, ਨਿਰਾਸ਼ ਨੇ, ਬਹੁਤ ਚੀਜ਼ਾਂ ਚਾਹੁੰਦੇ ਨੇ ਕਿ ਤੁਹਾਡੇ ਮੁਕੱਦਰਾਂ ਦੇ ਵਿੱਚ ਉਹ ਚੀਜ਼ ਲਿਖੀ ਹੋਈ ਹੈ ਜਿਹਦੇ ਪਿੱਛੇ ਆਪਾਂ ਭੱਜਦੇ ਪਏ ਹਾਂ। ਤੁਸੀਂ ਵੀ ਹੈਰਾਨ ਹੋ ਜਾਓਗੇ ਯਾਰ, ਇਹਨਾਂ ਨੂੰ ਕਿੱਦਾਂ ਪਤਾ ਚੱਲ ਗਿਆ ਮੇਰਾ ਹੱਥ ਦੇਖ ਕੇ, ਮੇਰਾ ਮੂੰਹ ਦੇਖ ਕੇ ਅਤੇ ਮੇਰੀ ਗੱਲ ਸੁਣ ਕੇ। ਜਦੋਂ ਵੀ ਮੈਨੂੰ ਕੋਈ ਮਿਲਦਾ ਆ, ਮੈਨੂੰ ਫਿੰਗਰਪ੍ਰਿੰਟ ਦੇਖ ਕੇ, ਮੈਨੂੰ ਬੰਦੇ ਦਾ ਚਿਹਰਾ ਦੇਖ ਕੇ, ਉਹ ਤੋਂ ਆਪਣੇ ਆਪ ਪਤਾ ਚੱਲ ਜਾਂਦਾ, ਮੈਨੂੰ ਉਹਦੇ ਬਾਰੇ ਪੁੱਛਣ ਦੀ ਲੋੜ ਨਹੀਂ ਹੈ। ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਮੈਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਰੱਬ ਨੇ ਮੈਨੂੰ ਨਾ ਸਕੈਨਿੰਗ ਮਸ਼ੀਨ ਲਾਈ ਹੋਈ ਹੈ। ਬਿਲਕੁਲ, ਜਿਹੜਾ ਵੀ ਮੇਰੇ ਕੋਲ ਆਉਂਦਾ ਬੰਦਾ ਮੇਰੇ ਕੋਲ ਸਕੈਨ ਹੋ ਜਾਂਦਾ। ਕਲਾਇੰਟ ਨੂੰ ਕਦੀ ਮੈਂ ਪੁੱਛਿਆ ਨਹੀਂ ਵੀ ਤੇਰੀ ਪ੍ਰੋਬਲਮ ਕੀ ਆ, ਪਹਿਲੇ ਮੈਂ ਆਪਣੇ ਕਲਾਇੰਟ ਨੂੰ ਉਹਦੇ ਬਾਰੇ ਮੈਂ ਆਪ ਦੱਸਦਾ ਵੀ ਤੂੰ ਹੂ ਆਰ ਯੂ। ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਅਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਸ਼ਵਨੀ ਜੀ ਦੇ ਨਾਲ ਔਰ ਜਾਣ ਸਕਦੇ ਹੋ ਆਪਣੇ ਬਾਰੇ ਉਹ ਗੱਲਾਂ ਜਿਹੜੀਆਂ ਸਿਰਫ ਤੁਸੀਂ ਜਾਣਦੇ ਹੋ। ਔਰ ਇਹ ਜਦੋਂ ਗੱਲਾਂ ਕਰਦੇ ਨੇ ਨਾ, ਸੱਚੀ ਤੁਸੀਂ ਵੀ ਹੈਰਾਨ ਹੋ ਜਾਓਗੇ ਯਾਰ, ਇਹਨਾਂ ਨੂੰ ਕਿੱਦਾਂ ਪਤਾ ਚੱਲ ਗਿਆ ਮੇਰਾ ਹੱਥ ਦੇਖ ਕੇ, ਮੇਰਾ ਮੂੰਹ ਦੇਖ ਕੇ ਅਤੇ ਮੇਰੀ ਗੱਲ ਸੁਣ ਕੇ। ਇਹ ਸੱਚੀ ਚਮਤਕਾਰ ਹੈ ਔਰ ਮੈਨੂੰ ਲੱਗਦਾ ਕਿ ਜੇ ਇਹਨਾਂ ਕੋਲ ਇਹ ਚਮਤਕਾਰ ਹੈ, ਇਹ ਬਖਸ਼ ਹੈਗੀ ਆ, ਅਤੇ ਉਹ ਲੋਕ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆ ਸਕਦੇ ਹੈ। ਜਿਹੜੇ ਲੋਕ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹਤਾਸ਼ ਨੇ, ਹੈ ਨਾ, ਨਿਰਾਸ਼ ਨੇ, ਬਹੁਤ ਚੀਜ਼ਾਂ ਚਾਹੁੰਦੇ ਨੇ ਕਿ ਤੁਹਾਡੇ ਮੁਕੱਦਰਾਂ ਦੇ ਵਿੱਚ ਉਹ ਚੀਜ਼ ਲਿਖੀ ਹੋਈ ਹੈ ਜਿਹਦੇ ਪਿੱਛੇ ਆਪਾਂ ਭੱਜਦੇ ਪਏ ਹਾਂ, ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ। ਅਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ, ਉਸ ਨੰਬਰ 'ਤੇ ਕਾਲ ਕਰਕੇ ਤੁਸੀਂ ਅਸ਼ਵਨੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਜਿਹੜੇ ਲੋਕ ਵਿਦੇਸ਼ ਦੇ ਵਿੱਚ ਰਹਿੰਦੇ ਨੇ, ਤੁਸੀਂ ਇਹਨਾਂ ਨੂੰ ਵਟਸਐਪ 'ਤੇ ਕਾਲ ਕਰ ਸਕਦੇ ਹੋ। ਇਹਨਾਂ ਨੇ ਸਿਰਫ ਤੁਹਾਡੇ ਕੋਲ ਤੁਹਾਡੇ ਹੱਥ ਦੀ ਫੋਟੋ ਮੰਗਣੀ ਹੈ ਔਰ ਤੁਸੀਂ ਉਹ ਭੇਜਣੀ ਹੈ ਅਤੇ ਇਹਨਾਂ ਨੇ ਤੁਹਾਨੂੰ A to Z ਚੀਜ਼ਾਂ ਦੱਸ ਦੇਣੀਆਂ। ਸੋ ਕੁਮਾਰ ਜੀ, ਲਾਈਕ ਪਤਾ ਕਿੱਦਾਂ ਚੱਲਦਾ? ਜਿਵੇਂ ਹੁਣ ਮੇਰਾ ਫੇਸ ਹੈ, ਕਈ ਕਹਿੰਦੇ ਕਈਆਂ ਦਾ ਫੇਸ ਗੋਲ ਹੁੰਦਾ, ਕਈਆਂ ਦਾ ਫੇਸ ਲੰਬਾ ਹੁੰਦਾ, ਕਈਆਂ ਦਾ ਫੇਸ ਅੰਡਾ ਆਕਾਰ ਦਾ ਹੁੰਦਾ। ਹੁਣ ਮੇਰਾ ਫੇਸ, ਮੈਂ ਆਪਣੇ ਹੀ ਟੀ ਵੀ ਦੇ ਉੱਪਰ ਲਾਈਵ ਐਗਜ਼ਾਮਪਲ ਦਿੰਦੇ, ਮੇਰਾ ਫੇਸ ਕੀ ਬੋਲਦਾ? ਦੇਖੋ ਬੇਟਾ, ਇੱਦਾਂ ਆ ਵੀ ਜ਼ਿੰਦਗੀ ਦੇ ਵਿੱਚ ਨਾ ਹਰ ਬੰਦੇ ਦੀ ਵਾਈਬ੍ਰੇਸ਼ਨ ਆਉਂਦੀ ਆ। ਜਿੱਦਾਂ ਕਈ ਵਾਰੀ ਆਪਾਂ ਨੂੰ ਕੋਈ ਬੰਦਾ ਦੁਨੀਆ 'ਚ ਮਿਲਦਾ, ਬਿਲਕੁਲ ਸਾਡਾ ਉਹ 20 ਸਾਲ ਤੋਂ ਜਾਣਕਾਰ, ਅਸੀਂ ਉਹਨੂੰ ਕਈ ਵਾਰੀ ਦੇਖ ਕੇ ਪਰੇ ਮੂੰਹ ਕਰ ਲੈਂਦੇ ਹਾਂ, ਉਹ ਕੀ ਆ ਵੀ ਸਾਨੂੰ ਉਦੋਂ ਤੋਂ ਨੈਗੇਟਿਵ ਵਾਈਬ੍ਰੇਸ਼ਨ ਆ ਰਹੀ ਆ, ਅਸੀਂ ਉਹਨੂੰ ਮਿਲਣਾ ਨਹੀਂ ਚਾਹੁੰਦੇ। ਤੇ ਕਈ ਵਾਰ ਸਾਨੂੰ ਜ਼ਿੰਦਗੀ ਕੋਈ ਅਣਜਾਣ ਬੰਦਾ ਮਿਲਦਾ, ਸਾਡਾ ਮਨ ਕਰਦਾ ਅਸੀਂ ਉਹਨਾਂ ਗੱਲਾਂ ਕਰਦੇ ਜਾਈਏ ਕਰਦਾ ਜਾਈਏ, ਅਸੀਂ ਉਹਨੂੰ ਫੜ ਕੇ ਬਹਿ ਜਾਈਏ, ਉਹ ਕੀ ਆ ਸਾਨੂੰ ਉਦੋਂ ਤੋਂ ਪੋਜ਼ਿਟਿਵ ਵਾਈਬ੍ਰੇਸ਼ਨ ਆ ਰਹੀ ਹੈ, ਸਾਨੂੰ ਇਦਾਂ ਲੱਗਦਾ ਜਿਵੇਂ ਸਾਡੇ ਪਿਛਲੇ ਜਨਮਾਂ ਦਾ ਇਹ ਮਿਲਿਆ ਬੰਦਾ ਸਾਨੂੰ। ਸਾਰੀ ਖੇਡ ਪੁੱਤ ਵਾਈਬ੍ਰੇਸ਼ਨ ਹੁੰਦੀ ਆ। ਜਦੋਂ ਵੀ ਮੈਨੂੰ ਕੋਈ ਮਿਲਦਾ ਆ, ਮੈਨੂੰ ਫਿੰਗਰਪ੍ਰਿੰਟ ਦੇਖ ਕੇ, ਮੈਨੂੰ ਬੰਦੇ ਦਾ ਚਿਹਰਾ ਦੇਖ ਕੇ, ਉਹ ਤੋਂ ਆਪਣੇ ਆਪ ਪਤਾ ਚੱਲ ਜਾਂਦਾ, ਮੈਨੂੰ ਉਹਦੇ ਬਾਰੇ ਪੁੱਛਣ ਦੀ ਲੋੜ ਨਹੀਂ ਹੈ ਵੀ ਉਹ ਬੰਦੇ ਬੰਦਾ ਕੀ ਪਰਸਨੈਲਿਟੀ। ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਮੈਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਰੱਬ ਨੇ ਮੈਨੂੰ ਨਾ ਸਕੈਨਿੰਗ ਮਸ਼ੀਨ ਲਾਈ ਹੋਈ ਹੈ। ਬਿਲਕੁਲ, ਜਿਹੜਾ ਵੀ ਮੇਰੇ ਕੋਲ ਆਉਂਦਾ ਬੰਦਾ ਮੇਰੇ ਕੋਲ ਸਕੈਨ ਹੋ ਜਾਂਦਾ। ਤੇ ਮੈਂ ਕਲਾਇੰਟ ਨੂੰ ਕਦੀ ਮੈਂ ਪੁੱਛਿਆ ਨਹੀਂ ਵੀ ਤੇਰੀ ਪ੍ਰੋਬਲਮ ਕੀ ਆ, ਪਹਿਲੇ ਮੈਂ ਆਪਣੇ ਕਲਾਇੰਟ ਨੂੰ ਉਹਦੇ ਬਾਰੇ ਮੈਂ ਆਪ ਦੱਸਦਾ ਵੀ ਤੂੰ ਹੂ ਆਰ ਯੂ, ਤੈਨੂੰ ਕੀ ਤੇਰਾ ਪਲੱਸ ਆ, ਕੀ ਤੇਰਾ ਮਾਈਨਸ ਆ, ਉਹਨੂੰ ਬਿਨਾਂ ਪੁੱਛੇ ਮੈਂ ਦੱਸਦਾ। ਜਦੋਂ ਉਹ ਮੇਰੀਆਂ ਗੱਲਾਂ ਸੁਣਦਾ ਤਾਂ ਹੈਰਾਨ ਹੋ ਜਾਂਦਾ ਵੀ ਇਹਨੂੰ ਕਿੱਦਾਂ ਪਤਾ ਮੇਰੇ ਬਾਰੇ। ਹੁਣ ਦੇਖੋ ਮੈਂ ਤਾਂ ਤੁਹਾਨੂੰ ਕਦੀ ਮਿਲਿਆ ਨਹੀਂ, ਬਿਲਕੁਲ ਸਾਡੀ ਪਹਿਲੀ ਮੁਲਾਕਾਤ ਹੈ। ਆਪਾਂ ਆਫ ਦੀ ਰਿਕਾਰਡ ਗੱਲ ਕਰੀਏ, ਮੈਂ ਤੁਹਾਡੇ ਫਿੰਗਰਪ੍ਰਿੰਟ ਦੇਖੇ, ਤੁਹਾਡਾ ਮੈਂ ਚਿਹਰਾ ਦੇਖਿਆ, ਤੁਹਾਨੂੰ ਮੈਂ ਕੀ ਆਖਿਆ ਵੀ ਗਾਇਨ ਜੀ ਤੁਸੀਂ ਛੋਟੀ ਉਮਰ ਤੋਂ ਕੰਮ ਕਰ ਰਹੇ ਹੋ, ਵੀ ਦੱਸੋ ਇਹ ਗੱਲ ਸਹੀ ਸੀ ਇਹ ਗਲਤ ਸੀ? ਬਿਲਕੁਲ। ਫਿਰ ਤੁਹਾਨੂੰ ਮੈਂ ਇਹ ਵੀ ਗੱਲ ਕਹੀ ਵੀ ਤੁਹਾਡੇ ਮਾਤਾ ਸ਼੍ਰੀ ਜਿਹੜੇ ਆ ਉਹ ਸਟੇਟ ਫਾਰਵਰਡ ਦੇ ਬੋਲਡ ਹੋਣੇ ਚਾਹੀਦੇ, ਉਹ ਸਹੀ ਸੀ ਗਲਤ ਸੀ? ਮੈਂ ਤੁਹਾਨੂੰ ਇਹ ਵੀ ਗੱਲ ਕਹੀ ਆ ਵੀ ਤੁਹਾਡੇ ਮੰਮੀ ਦਾ ਤੁਹਾਡੇ ਪਾਪਾ ਨਾਲ ਲੰਬਾ ਸਾਥ ਨਹੀਂ ਮੈਨੂੰ ਲੱਗਦਾ, ਤੁਸੀਂ ਮੈਨੂੰ ਕਿਹਾ ਯਾਰ ਪਾਪਾ ਨਹੀਂ ਹੈਗੇ। ਫਿਰ ਤੁਸੀਂ ਆਪਣੇ ਭਰਾ ਦੇ ਮੈਨੂੰ ਫੋਟੋ ਮੰਗਾਈ, ਮੈਂ ਤੁਹਾਨੂੰ ਕੀ ਆਖਿਆ ਤੁਹਾਡੇ ਭਰਾ ਬਾਰੇ, ਤੁਹਾਡਾ ਭਰਾ ਸੈਲਫ ਮੇਡ ਪਰਸਨੈਲਿਟੀ ਆ, ਉਹਨੇ ਜ਼ਿੰਦਗੀ 'ਚ ਜੋ ਕੁਛ ਪ੍ਰਾਪਤ ਕੀਤਾ ਆਪਣੇ ਦਮ 'ਤੇ ਕੀਤਾ,
ਉਹ ਦੱਸੋ ਮੇਰੀਆਂ ਗੱਲਾਂ ਸਹੀ ਸੀ ਗੱਲ ਸਾਰੀਆਂ ਗੱਲਾਂ ਸਹੀ ਸੀ ਤਾਂ ਹੀ ਤੇ ਮੈਂ ਹੈਰਾਨ ਹੈ ਕਿ ਇਹ ਵੀ ਜਾਦੂ ਹੈ ਹਨਾ ਚਮਤਕਾਰ ਹੈ ਤਾਂ ਹੀ ਤੇ ਮੈਂ ਪਹਿਲਾਂ ਕਿਉਂਕਿ ਬਹੁਤ ਘੱਟ ਹੁੰਦਾ ਆ ਤੁਸੀਂ ਵੀ ਬਥੇਰੇ ਕਾਰਿਆਕ੍ਰਮ ਕੀਤੇ ਹੋਣੇ ਕਿ ਜਿਹੜਾ ਨਾਲ ਸਵਾਲ ਕਰਦਾ ਪਿਆ ਉਹ ਹੀ ਕਹੇ ਕਿ ਮੈਨੂੰ ਪਰਖੋ ਅਤੇ ਮੈਂ ਸੋਚਿਆ ਮੈਂ ਕਿਹਾ ਬਈ ਲੋਕਾਂ ਦੇ ਨਾਲ ਤਾਂ ਗੱਲਬਾਤ ਜ਼ਰੂਰ ਹੋਵੇਗੀ ਕੁਮਾਰ ਸਿੰਘ ਦੀ ਪਰ ਜ਼ਰੂਰ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੋ ਜਿਹੜੀ ਚੀਜ਼ ਆਪਾਂ ਟੀ ਵੀ 'ਤੇ ਲਿਆ ਰਹੇ ਹਾਂ ਉਹਦੇ 'ਚ ਓਥੈਂਟੀਸਿਟੀ ਕਿੰਨੀ ਅਤੇ ਮੈਂ ਆਪ ਦਰਸ਼ਕੋਂ ਹੈਰਾਨ ਹੋ ਗਈ ਜਦੋਂ ਉਹਨਾਂ ਨੇ ਇੱਕ ਇੱਕ ਚੀਜ਼ ਮੇਰੇ ਬਾਰੇ ਦੱਸੀ ਅਤੇ ਮੈਨੂੰ ਆਪ ਪਤਾ ਲੱਗਿਆ ਕਿ ਯਾਰ ਸੱਚੀ ਇਹ ਚਮਤਕਾਰ ਤੋਂ ਤਾਂ ਮੈਂ ਹੁਣ ਤੱਕ ਵੈਸੇ ਬਹੁਤ ਦੂਰ ਸੀਗੀ ਅਤੇ ਤੁਸੀਂ ਵੀ ਜ਼ਰੂਰ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵੀ ਆਪਣੇ ਬਾਰੇ ਉਹ ਗੱਲਾਂ ਜਾਣ ਸਕਦੇ ਹੋ ਕਿ ਜਿਹੜੀਆਂ ਤੁਸੀਂ ਸੋਚੋਗੇ ਯਾਰ ਇਹਨਾਂ ਨੂੰ ਕਿੱਦਾਂ ਪਤਾ ਚੱਲੀਆਂ